जिस दिन तुम वजारत मिली है उस दिन प्रताप सिंह बाजवा का बड़ा कंट्रोवर्शियल स्टेटमेंट सामने आ गई जी, कहते इन्होंने तो अपने बेटे को भर्ती कराने लिए अपने हैंडीकैप्ट होने का झूठा सर्टिफिकेट दिता है, उस पर की कहें? असी जिहड़ा दलित भाईचारे दे नाल संबंध रखते हैं, असी शड्यूल कास्ट रिजर्व कैटेगरी अपलाई किया, लेकिन उस समय चेयरमैन ने ना कर दी सी भी असी नहीं दे सकते, उन्होंने सही किया। प्रताप सिंह बाजवा ने उदन कहा, यही जी मैं गल करके हटियाँ, लाभ सिंह उग्गो बारे इतराजयोग शब्द वर्तना, मुख्यमंत्री हमेशा वह भंड कह के संबोधन करते हैं, मतलब इन्हों की भाषा असभ्यक ही क्यों रही है? प्रताप बाजवा की 7 दिन का अल्टीमेटम है, की लगता है थोड़ा महसूस करेंगे, पश्चाताप करेंगे, माफ़ी मंगेंगे? उस तो बाद जी नैचुरली जो माफ़ी नहीं मंगेंगे तो कोई ना कोई डिसीजन लवेंगे। सो मसले दो ने जिन्हां ते चर्चा करांगे, कैबिनेट वजीर बलकार सिंह साडे नाल मौजूद ने, दोनों का धुरा एको ही है, प्रताप सिंह बाजवा गल की करदे इन्हां नाल कर रहे हैं गलबात। सो बलकार सिंह जी, जिस दिन तुहानूं वजारत मिली है उस दिन प्रताप सिंह बाजवा का बड़ा कंट्रोवर्शियल स्टेटमेंट सामने आ गई जी, कहिंदे इन्हां तां अपने बेटे नूं भर्ती कराने लई अपने हैंडीकैप्ट होण दा झूठा सर्टिफिकेट दित्ता है, पहलां तां उत्थे कहिंदे, उस ते की कहिंदे? ਇਹ ਉਹਦੇ 'ਚ ਤਾਂ ਜੀ ਮੈਂ ਤਾਂ ਜਿਹੜਾ ਸੀ ਨਾ ਜੀ ਉਹਦੇ ਵਿੱਚ ਤਾਂ ਮੈਂ ਜਿਹੜਾ ਸੀ ਪੁਲਿਸ ਅਫਸਰ ਸੀਗਾ, ਮੇਰੇ ਕੋਈ ਨਿੱਜੀ ਅਟੈਕ ਹੋਇਆ ਸੀਗਾ, ਉਸ ਦੇ ਵਿੱਚ ਮੈਂ ਜਿਹੜਾ ਸੀ ਸਾਡੀ 2% ਜਿਹੜੀ ਪੁਲਿਸ ਜਿਹੜੀ ਰਿਜ਼ਰਵੇਸ਼ਨ ਹੁੰਦੀ ਹੈ, ਤੋ ਅਸੀਂ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹਾਂ, ਅਸੀਂ ਸ਼ਡਿਊਲ ਕਾਸਟ ਰਿਜ਼ਰਵ ਕੈਟਾਗਰੀ 'ਚ ਅਪਲਾਈ ਕੀਤਾ ਸੀ, ਲੇਕਿਨ ਉਹਦੇ 'ਚ ਸਾਨੂੰ ਚੇਅਰਮੈਨ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਨਹੀਂ ਦੇ ਸਕਦੇ, ਉਹਨਾਂ ਨੇ ਸਹੀ ਕੀਤਾ, ਪੁਲਿਸ ਦੇ ਜਿਹੜੀ ਡਿਪਾਰਟਮੈਂਟ ਕਮੇਟੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਕੈਟਾਗਰੀ ਚੇਂਜ ਨਹੀਂ ਹੋ ਸਕਦੀ, ਤੋ ਅਸੀਂ ਫਿਰ ਹਾਈ ਕੋਰਟ 'ਚ ਉਹਦੀ ਅਪੀਲ ਪਾਈ ਸੀ, ਹਾਈ ਕੋਰਟ ਨੇ ਉਹ ਐਕਸੈਪਟ ਨਹੀਂ ਕੀਤੀ ਕਿਉਂਕਿ ਉਹ ਕਹਿੰਦੇ ਸੀ ਵੀ ਅਸੀਂ ਇਹ ਦੁਬਾਰਾ ਜਿਹੜਾ ਮਤਲਬ ਜੋ ਵੀ ਉਹਨਾਂ ਫੈਸਲਾ ਲਿਆ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ, ਬਸ ਇਹ ਨਹੀਂ ਗੱਲ ਸੀ। ਤੁਹਾਡੇ ਬਾਰੇ ਜੋ ਪ੍ਰਤਾਪ ਸਿੰਘ ਬਾਜਵਾ ਨੇ ਉਦਣ ਕਿਹਾ, ਇਹੀ ਜਿਹੜੀ ਮੈਂ ਗੱਲ ਕਰਕੇ ਹਟਿਆ, ਲਾਭ ਸਿੰਘ ਉੱਗੋ ਬਾਰੇ ਇਤਰਾਜਯੋਗ ਸ਼ਬਦ ਵਰਤਣਾ, ਮੁੱਖ ਮੰਤਰੀ ਨੂੰ ਹਮੇਸ਼ਾ ਉਹ ਭੰਡ ਕਹਿ ਕੇ ਸੰਬੋਧਨ ਕਰਦੇ ਹੈ, ਇਹ ਮਤਲਬ ਇਹਨਾਂ ਦੀ ਭਾਸ਼ਾ ਅਸਭਿਅਕ ਹੀ ਕਿਉਂ ਰਹਿੰਦੀ ਹੈ? ਪ੍ਰਤਾਪ ਬਾਜਵਾ ਦੀ ਕੀ ਸੋਚ? ਉਹ ਅਨਸਟੇਬਿਲਿਟੀ ਹੈ, ਕਿਸੇ ਨੂੰ ਨਿੱਜੀ ਤੌਰ 'ਤੇ ਸੰਸਦ ਰਹਿ ਚੁੱਕਿਆ ਹੋਵੇ ਨਾਲੇ ਬੰਦਾ ਐਡੇ ਵੱਡੇ ਅਹੁਦੇ 'ਤੇ ਇੰਨੇ ਸਿਆਣੇ, ਉਹ ਅਸੀਂ ਜਨਤਾ ਸਮਝਦੀ ਕਾਫੀ ਵਾਰੀ ਉਹ ਆਪਣੇ ਰਹੇ MLAs ਰਹੇ, MP ਰਹੇ, ਵਜ਼ੀਰ ਰਹੇ, ਪਰ ਨਹੀਂ ਕਰਨਾ ਚਾਹੀਦਾ ਨਿੱਜੀ ਤੌਰ 'ਤੇ। 7 ਦਿਨ ਦਾ ਅਲਟੀਮੇਟਮ ਹੈ, ਕੀ ਲੱਗਦਾ ਥੋੜ੍ਹਾ ਮਹਿਸੂਸ ਕਰਨਗੇ, ਪਸ਼ਚਾਤਾਪ ਕਰਨਗੇ, ਮਾਫ਼ੀ ਮੰਗਣਗੇ? ਉਸ ਤੋਂ ਬਾਅਦ ਜੀ ਨੈਚੁਰਲੀ ਜੇ ਮਾਫ਼ੀ ਨਹੀਂ ਮੰਗਣਗੇ ਤਾਂ ਅਸੀਂ ਕੋਈ ਨਾ ਕੋਈ ਡਿਸੀਜਨ ਲਵਾਂਗੇ। ਹੋਰ ਕਿਸੇ ਪਾਰਟੀ ਨੂੰ ਬੁਰੀ ਨਹੀਂ ਲੱਗ ਰਹੀ, ਹੋਰ ਪਾਰਟੀ 'ਚ ਵੀ ਦਲਿਤ ਆਗੂ ਹੈਗੇ ਨੇ, ਸ਼੍ਰੋਮਣੀ ਅਕਾਲੀ ਦਲ BJP 'ਚ ਸਾਡੇ MLAs ਨੂੰ ਕਿਹਾ ਤਾਂ ਅਸੀਂ ਫਿਰ ਸਟੈਂਡ ਲਵਾਂਗੇ ਇਹਨਾਂ ਦੀ ਪਾਰਟੀ ਜੀ। ਥੈਂਕ ਯੂ। ਸੋ ਬਲਕਾਰ ਸਿੰਘ ਹੁਣਾਂ ਨਾਲ ਗੱਲਬਾਤ ਚੱਲ ਰਹੀ ਸੀਗੀ, ਪ੍ਰਤਾਪ ਸਿੰਘ ਬਾਜਵਾ ਦੀ ਸ਼ਬਦਾਵਲੀ ਦੀ, ਬੋਲਚਾਲ ਦੀ ਗੱਲ ਹੋ ਰਹੀ, ਅਕਸਰ ਕਿਹਾ ਜਾਂਦਾ ਤੋਲ ਮੋਲ ਕੇ ਬੋਲੋ, ਪਰ ਕਿਤੇ ਨਾ ਕਿਤੇ ਸਲਿਪ ਆਫ ਟੰਗ ਹੋਣਾ ਪ੍ਰਤਾਪ ਸਿੰਘ ਬਾਜਵਾ ਦੀ ਰੋਜ਼ਮਰਰਾ ਦੀ ਇਹ ਗਤੀਵਿਧੀਆਂ ਹੈਗੀਆਂ ਨੇ। ਹੁਣ ਜਾ ਕੇ 7 ਦਿਨ ਦਾ ਅਲਟੀਮੇਟਮ ਹੈ, ਹਫ਼ਤੇ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ, ਸਭ ਨੂੰ ਇਹਨਾਂ ਦਾ ਇੰਤਜ਼ਾਰ ਹੈ। ਵਿਜੇ ਮੋਹਨ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ। ਸੋ ਮਸਲੇ ਦੋ ਨੇ ਜਿਨ੍ਹਾਂ 'ਤੇ ਚਰਚਾ ਕਰਾਂਗੇ, ਕੈਬਨਿਟ ਵਜ਼ੀਰ ਬਲਕਾਰ ਸਿੰਘ ਸਾਡੇ ਨਾਲ ਮੌਜੂਦ ਨੇ, ਦੋਨਾਂ ਦਾ ਧੁਰਾ ਇੱਕੋ ਹੀ ਆ, ਪ੍ਰਤਾਪ ਸਿੰਘ ਬਾਜਵਾ ਗੱਲ ਕੀ ਕਰਦੇ ਇਹਨਾਂ ਨਾਲ ਕਰ ਰਹੇ ਹਾਂ ਗੱਲਬਾਤ। ਸੋ ਬਲਕਾਰ ਸਿੰਘ ਜੀ, ਜਿਸ ਦਿਨ ਤੁਹਾਨੂੰ ਵਜ਼ਾਰਤ ਮਿਲੀ ਹੈ ਉਸੇ ਦਿਨ ਪ੍ਰਤਾਪ ਸਿੰਘ ਬਾਜਵਾ ਦਾ ਬੜਾ ਕੰਟਰੋਵਰਸ਼ੀਅਲ ਸਟੇਟਮੈਂਟ ਸਾਹਮਣੇ ਆ ਗਈ ਜੀ, ਕਹਿੰਦੇ ਇਹਨਾਂ ਤਾਂ ਆਪਣੇ ਬੇਟੇ ਨੂੰ ਭਰਤੀ ਕਰਾਉਣ ਲਈ ਆਪਣੇ ਹੈਂਡੀਕੈਪਟ ਹੋਣ ਦਾ ਝੂਠਾ ਸਰਟੀਫਿਕੇਟ ਦਿੱਤਾ ਹੈ, ਪਹਿਲਾਂ ਤਾਂ ਉੱਥੇ ਕਹਿੰਦੇ, ਉਸ 'ਤੇ ਕੀ ਕਹਿੰਦੇ? ਇਹ ਉਹਦੇ 'ਚ ਤਾਂ ਜੀ ਮੈਂ ਤਾਂ ਜਿਹੜਾ ਸੀ ਨਾ ਜੀ ਉਹਦੇ ਵਿੱਚ ਤਾਂ ਮੈਂ ਜਿਹੜਾ ਸੀ ਪੁਲਿਸ ਅਫਸਰ ਸੀਗਾ, ਮੇਰੇ ਕੋਈ ਨਿੱਜੀ ਅਟੈਕ ਹੋਇਆ ਸੀਗਾ, ਉਸ ਦੇ ਵਿੱਚ ਮੈਂ ਜਿਹੜਾ ਸੀ ਸਾਡੀ 2% ਜਿਹੜੀ ਪੁਲਿਸ ਜਿਹੜੀ ਰਿਜ਼ਰਵੇਸ਼ਨ ਹੁੰਦੀ ਹੈ, ਤੋ ਅਸੀਂ ਜਿਹੜਾ ਦਲਿਤ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਹਾਂ, ਅਸੀਂ ਸ਼ਡਿਊਲ ਕਾਸਟ ਰਿਜ਼ਰਵ ਕੈਟਾਗਰੀ 'ਚ ਅਪਲਾਈ ਕੀਤਾ ਸੀ, ਲੇਕਿਨ ਉਹਦੇ 'ਚ ਸਾਨੂੰ ਚੇਅਰਮੈਨ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਨਹੀਂ ਦੇ ਸਕਦੇ, ਉਹਨਾਂ ਨੇ ਸਹੀ ਕੀਤਾ, ਪੁਲਿਸ ਦੇ ਜਿਹੜੀ ਡਿਪਾਰਟਮੈਂਟ ਕਮੇਟੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਕੈਟਾਗਰੀ ਚੇਂਜ ਨਹੀਂ ਹੋ ਸਕਦੀ, ਤੋ ਅਸੀਂ ਫਿਰ ਹਾਈ ਕੋਰਟ 'ਚ ਉਹਦੀ ਅਪੀਲ ਪਾਈ ਸੀ, ਹਾਈ ਕੋਰਟ ਨੇ ਉਹ ਐਕਸੈਪਟ ਨਹੀਂ ਕੀਤੀ ਕਿਉਂਕਿ ਉਹ ਕਹਿੰਦੇ ਸੀ ਵੀ ਅਸੀਂ ਇਹ ਦੁਬਾਰਾ ਜਿਹੜਾ ਮਤਲਬ ਜੋ ਵੀ ਉਹਨਾਂ ਫੈਸਲਾ ਲਿਆ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ, ਬਸ ਇਹ ਨਹੀਂ ਗੱਲ ਸੀ। ਤੁਹਾਡੇ ਬਾਰੇ ਜੋ ਪ੍ਰਤਾਪ ਸਿੰਘ ਬਾਜਵਾ ਨੇ ਉਦਣ ਕਿਹਾ, ਇਹੀ ਜਿਹੜੀ ਮੈਂ ਗੱਲ ਕਰਕੇ ਹਟਿਆ, ਲਾਭ ਸਿੰਘ ਉੱਗੋ ਬਾਰੇ ਇਤਰਾਜਯੋਗ ਸ਼ਬਦ ਵਰਤਣਾ, ਮੁੱਖ ਮੰਤਰੀ ਨੂੰ ਹਮੇਸ਼ਾ ਉਹ ਭੰਡ ਕਹਿ ਕੇ ਸੰਬੋਧਨ ਕਰਦੇ ਹੈ, ਇਹ ਮਤਲਬ ਇਹਨਾਂ ਦੀ ਭਾਸ਼ਾ ਅਸਭਿਅਕ ਹੀ ਕਿਉਂ ਰਹਿੰਦੀ ਹੈ? ਪ੍ਰਤਾਪ ਬਾਜਵਾ ਦੀ ਕੀ ਸੋਚ? ਉਹ ਅਨਸਟੇਬਿਲਿਟੀ ਹੈ, ਕਿਸੇ ਨੂੰ ਨਿੱਜੀ ਤੌਰ 'ਤੇ ਸੰਸਦ ਰਹਿ ਚੁੱਕਿਆ ਹੋਵੇ ਨਾਲੇ ਬੰਦਾ ਐਡੇ ਵੱਡੇ ਅਹੁਦੇ 'ਤੇ ਇੰਨੇ ਸਿਆਣੇ, ਉਹ ਅਸੀਂ ਜਨਤਾ ਸਮਝਦੀ ਕਾਫੀ ਵਾਰੀ ਉਹ ਆਪਣੇ ਰਹੇ MLAs ਰਹੇ, MP ਰਹੇ, ਵਜ਼ੀਰ ਰਹੇ, ਪਰ ਨਹੀਂ ਕਰਨਾ ਚਾਹੀਦਾ ਨਿੱਜੀ ਤੌਰ 'ਤੇ। 7 ਦਿਨ ਦਾ ਅਲਟੀਮੇਟਮ ਹੈ, ਕੀ ਲੱਗਦਾ ਥੋੜ੍ਹਾ ਮਹਿਸੂਸ ਕਰਨਗੇ, ਪਸ਼ਚਾਤਾਪ ਕਰਨਗੇ, ਮਾਫ਼ੀ ਮੰਗਣਗੇ? ਉਸ ਤੋਂ ਬਾਅਦ ਜੀ ਨੈਚੁਰਲੀ ਜੇ ਮਾਫ਼ੀ ਨਹੀਂ ਮੰਗਣਗੇ ਤਾਂ ਅਸੀਂ ਕੋਈ ਨਾ ਕੋਈ ਡਿਸੀਜਨ ਲਵਾਂਗੇ। ਹੋਰ ਕਿਸੇ ਪਾਰਟੀ ਨੂੰ ਬੁਰੀ ਨਹੀਂ ਲੱਗ ਰਹੀ, ਹੋਰ ਪਾਰਟੀ 'ਚ ਵੀ ਦਲਿਤ ਆਗੂ ਹੈਗੇ ਨੇ, ਸ਼੍ਰੋਮਣੀ ਅਕਾਲੀ ਦਲ BJP 'ਚ ਸਾਡੇ MLAs ਨੂੰ ਕਿਹਾ ਤਾਂ ਅਸੀਂ ਫਿਰ ਸਟੈਂਡ ਲਵਾਂਗੇ ਇਹਨਾਂ ਦੀ ਪਾਰਟੀ ਜੀ। ਥੈਂਕ ਯੂ। ਸੋ ਬਲਕਾਰ ਸਿੰਘ ਹੁਣਾਂ ਨਾਲ ਗੱਲਬਾਤ ਚੱਲ ਰਹੀ ਸੀਗੀ, ਪ੍ਰਤਾਪ ਸਿੰਘ ਬਾਜਵਾ ਦੀ ਸ਼ਬਦਾਵਲੀ ਦੀ, ਬੋਲਚਾਲ ਦੀ ਗੱਲ ਹੋ ਰਹੀ, ਅਕਸਰ ਕਿਹਾ ਜਾਂਦਾ ਤੋਲ ਮੋਲ ਕੇ ਬੋਲੋ, ਪਰ ਕਿਤੇ ਨਾ ਕਿਤੇ ਸਲਿਪ ਆਫ ਟੰਗ ਹੋਣਾ ਪ੍ਰਤਾਪ ਸਿੰਘ ਬਾਜਵਾ ਦੀ ਰੋਜ਼ਮਰਰਾ ਦੀ ਇਹ ਗਤੀਵਿਧੀਆਂ ਹੈਗੀਆਂ ਨੇ। ਹੁਣ ਜਾ ਕੇ 7 ਦਿਨ ਦਾ ਅਲਟੀਮੇਟਮ ਹੈ, ਹਫ਼ਤੇ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਆਉਂਦਾ, ਸਭ ਨੂੰ ਇਹਨਾਂ ਦਾ ਇੰਤਜ਼ਾਰ ਹੈ। ਵਿਜੇ ਮੋਹਨ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ।